साहिब सिरी सबको सिर नायक साहिब सिरी जाचक अनेक सो एक दिवैया जाचक अनेक सो एक दिवैया शुद्ध सिपाह दुरंत दबाह ससाज सुना दुर्जान दलेंगे शुद्ध
सिपाह दुरंत दुबाह सुसाज सुना दुर्जान दलेंगे भारी गुमान भरे मन में भारी गुमान भारी गुमान भरे मन में कर पर्वत पंख हिले ना हिले कर पर्वत पंख हिले हिलेंगे तोर अरीर मरोर मवासन मरोर मवासन माते मतंगन मान मलेंगे तोर अरीर मरोर माते मतंगन मानु मलेंगे श्रीपद श्री भगवान कृपा बिन श्रीपत श्री भगवान कृपा जग जहान निदान चलेंगे श्रीपत श्री भगवान कृपा बिन श्री पद श्री भगवान कृपा बिन त्योग जहान निदान चलेंगे त्याग जहान जाचक अनेक सोएक दिवैया जाचक अनेक सोएक दिवैया जाचक अनेक सोएक दिवैया साहिब श्री शिरनायक साहिब श्री सबको शिरनायक जाचक अनेक सो एक दिवैया जाचक अनेक सो एक दिवैया
बीर अपा बड़े बरिया बीर अपा बड़े बरिया अब बिचारे सार की धार बछैया अब चारे सार की धार बछैया तोरत देश मलिंद मवासन तोरत देश मलिंद मवासन माते गजान के मान मलैया माते गजान के मान मलैया गड़े गड़ान के तोड़न हार गड़े गड़ान के तोड़न हार सुबात नहीं चकचार सुबात नहीं चकचार लवैया साहिब श्री सबको शरणायक साहिब श्री सब को शरणाई जाचक अनेक सो एक दिवैया जाचक अनेक सो एक दिवैया जाचक जाचक अनेक सो एक दिवैया जाचक अनेक सो एक दिवैया नीकी कीरी में काल राखे सो एक दिवैया नीकी कीरी में काल राखे पसुम करे पसुम करे लश्कर कोट लाखे सो एक जिसका सांस न काटत आप ताको राखत देकर हाथ
मानस जतन करत बहु भात मानस जतन करत बहु भात इसके कर्तव्य बिरथे जात जाचिक अनेक सो एक दिवैया मानस जतन करत बहु भात तिस के करतब बिरथे जात मारे ना रखे अवर ना कोय सो एक दिवैया छोड़ के देन हार प्रभु छोड़ के लग गए आन सुआ सो एक दिवैया देन हार प्रभु छोड़ के नानक कहो नस जाए बिन नावे पत जाए एक दिवैया दाते दा संबंध दात नाल है दाते दा संबंध दात नाल है ते संसार दे लोगां दी वख वख जरूरत है इत्थे लफ्ज वरते हैं सब को दी बनाण असी केवल ਪਦਾਰਥਾਂ ਨੂੰ ਦੌਲਤ ਨੂੰ ਸੰਤਾਨ ਨੂੰ ਵਿਦਿਆ ਨੂੰ ਇਸ ਨੂੰ ਹੀ ਦਾਤਾ ਸਮਝ ਕੇ ਅਕਸਰ ਆਪਣੀ ਲਿਸਟ ਵਿੱਚ ਮੰਗਦੇ ਹਾਂ ਸੋਚਿਓ ਜਿਹਦੇ ਘਰ ਸੰਤਾਨ ਹੈ ਉਹਨੂੰ ਕੀ ਜ਼ਰੂਰਤ ਹੈ ਮੰਗਣ ਦੀ ਕਿਸੇ ਅਮੀਰ ਦੌਲਤਮੰਦ ਨੂੰ ਹੋਰ ਦੌਲਤ ਮਿਲ ਜਾਏ ਕੀ ਫਾਇਦਾ ਇਹਦਾ ਮਤਲਬ ਦਾਤਾਂ ਵੀ ਵੱਖ ਵੱਖ ਨੇ ਇੱਥੇ ਜਿਸ ਦਾਤ ਦਾ ਜ਼ਿਕਰ ਹੈ ਨਾ ਇਸ ਸਵਈਏ ਦੀ ਆਖਰੀ ਲਾਈਨ ਵਿੱਚ ਉਹਦਾ ਸੰਬੰਧ ਸਮਝਣਾ ਹੈ ਗੁਰੂ ਦਾ ਕਹਿਣ ਤੋਂ ਭਾਵ ਹੈ ਜਦੋਂ ਸਭ ਲਫ਼ਜ਼ ਵਰਤਿਆ ਨਾ ਉਦੋਂ ਸ੍ਰਿਸ਼ਟੀ ਦਾ ਹਰ ਇੱਕ ਜੀਵ ਉਹਦੇ ਵਿੱਚ ਆ ਗਿਆ ਖੂਬਸੂਰਤ ਹੈ ਕੋਈ ਮਨੁੱਖ ਉਹਦੀ ਸੁੰਦਰਤਾ ਵੇਖ ਕੇ ਇਹ ਨਾ ਆਖੀ ਇਹਨੇ ਆਪਣੀ ਖੂਬਸੂਰਤੀ ਸੰਭਾਲ ਕੇ ਰੱਖੀ ਹੈ ਜਾਂ ਪੈਦਾ ਕੀਤੀ ਹੈ ਕਿਸੇ ਦਵਾਈ ਨਾਲ ਕਿਸੇ ਕੈਮੀਕਲ ਨਾਲ ਕਿਸੇ ਐਕਸਰਸਾਈਜ਼ ਨਾਲ ਸਮਝੀ ਇਹਨੂੰ ਸੁੰਦਰਤਾ ਦੇਣ ਵਾਲਾ ਮੇਰਾ ਉਹ ਮੁਸੱਵਰ ਹੈ ਜਿਸ ਨੇ ਘੜਿਆ ਹੈ ਇੱਥੇ ਵੀ ਦਾਤ ਦਾ ਮਸਲਾ ਹੈ ਕਿਸੇ ਕੋਲ ਸਿਆਣਪ ਹੈ ਦਿਨਾਈ ਮਤ ਸਮਝੀ ਕਿ ਇਹਨੇ ਆਪਣੀ ਕਿਸੇ ਸਕੂਲ ਕਾਲਜ ਜਾ ਕੇ ਦਿਨ ਰਾਤ ਪੜ੍ਹਾਈ ਕਰਕੇ ਦਾਨਾ ਵੀ ਨਾ ਬਣਿਆ
ਵਿੱਦਿਆ ਪੜ੍ਹੀਏ, ਗੁਰੂ ਨੇ ਇਹ ਵੀ ਆਖ ਦਿੱਤਾ ਪੜ੍ਹਿਆ ਮੂਰਖ ਆਖੀਏ। ਉਹ ਕਿਸੇ ਸਕੂਲ ਕਾਲਜ ਵਿੱਚ ਮੂਰਖ ਬਣਨ ਨਹੀਂ ਗਿਆ, ਉਹਨੇ ਕੋਈ ਡਿਗਰੀ ਮੂਰਖ ਬਣਨ ਲਈ ਨਹੀਂ ਕੀਤੀ, ਕੋਈ ਮੂਰਖ ਦੀ ਡਿਗਰੀ ਲੈਣ ਨਹੀਂ ਗਿਆ, ਪਰ ਗੁਰੂ ਨੇ ਆਖ ਦਿੱਤਾ ਪੜ੍ਹਿਆ ਮੂਰਖ ਆਖੀਏ। ਗੁਰਬਾਣੀ ਦੀਆਂ ਡੀਪ ਗਹਿਰਾਈਆਂ ਵਿੱਚ ਹੋਰ ਸਵਾਦ ਆਉਂਦਾ ਹੈ। ਗੁਰੂ ਕਹਿੰਦੇ ਨੇ ਜਦੋਂ ਉਸਨੂੰ ਇਹ ਹੰਕਾਰ ਹੋ ਜਾਂਦਾ ਨਾ ਮੈਂ ਵਿਦਵਾਨ ਹਾਂ, ਤੇ ਇਹ ਭੁੱਲ ਜਾਂਦਾ ਹੈ ਕਿ ਸੁਰਤ ਜਿਹਨੇ ਵਿਦਿਆ ਪ੍ਰਾਪਤ ਕੀਤੀ ਹੈ ਉਹ ਤੇ ਮੇਰੇ ਮਾਲਕ ਨੇ ਦਿੱਤੀ ਹੈ। ਜੇ ਸੁਰਤ ਹੀ ਨਾ ਹੁੰਦੀ ਪੜ੍ਹਦਾ ਕੀ? ਕਿਸੇ ਬੇਹੋਸ਼ ਆਦਮੀ ਨੂੰ ਤੁਸੀਂ ਰੋਜ਼ ਸਕੂਲ ਛੱਡ ਆਓ ਤੇ ਸ਼ਾਮਾਂ ਨੂੰ ਉਠਾ ਕੇ ਲੈ ਆਓ, ਉਹ ਬੇਹੋਸ਼ ਰਹੇ, ਉਹਨੂੰ ਹੋਸ਼ ਨਾ ਆਵੇ। ਜੇ ਭਲਾ ਐਸਾ ਮਨੁੱਖ ਜਿਹੜਾ ਜਿਸਦੀ ਕੋਸ਼ਿਸ਼ ਖੋ ਜਾਏ, ਐਸੇ ਮਨੁੱਖ ਨੂੰ ਸਟ੍ਰੈਚਰ 'ਤੇ ਪਾ ਕੇ ਰੋਜ਼ ਸਕੂਲ ਛੱਡ ਆਓ, ਰੋਜ਼ ਕਾਲਜ ਛੱਡ ਆਓ, ਸਾਰਾ ਦਿਨ ਉੱਥੋਂ ਦਾ ਪ੍ਰੋਫੈਸਰ ਉਹਦੇ ਸਿਰਹਾਣੇ ਬੈਠ ਕੇ ਲੈਕਚਰ ਦਿੰਦਾ ਰਹੇ, ਸ਼ਾਮਾਂ ਨੂੰ ਉਠਾ ਕੇ ਲੈ ਆਓ, ਕਈ ਵਰੇ ਬਿਤਾ ਦਿਓ, ਭਲਾ ਉਹ ਸਿਆਣਾ ਹੋ ਜਾਏਗਾ? ਗੁਰੂ ਬੜੀ ਗਹਿਰਾਈ ਵਿੱਚ ਜਾਂਦੇ। ਗੁਰੂ ਕਹਿੰਦੇ ਨੇ ਇੱਕ ਵਿਦਿਆ ਪੜ੍ਹਨ ਵਾਲਾ ਇਹ ਅਭਿਮਾਨ ਕਰ ਰਿਹਾ ਕਿ ਮੈਂ ਵਿਦਵਾਨ ਹਾਂ, ਮੇਰੀ ਗੱਲ ਨੇ ਕਿ ਮੈਂ ਇੰਨਾ ਵਿਦਵਾਨ ਬਣਿਆ। ਗੁਰੂ ਕਹਿੰਦੇ ਨੇ ਮੈਂ ਸਮਝਣਾ ਆਇਆ ਜਾਂ ਪੜ੍ਹਿਆ ਹੋਇਆ ਤਾਂ ਮੂਰਖ ਹੈ। ਲਓ ਇੱਥੇ ਇਸ ਗੱਲ ਨੂੰ ਸਪਸ਼ਟ ਕਰਦੇ, ਪੜ੍ਹਿਆ ਮੂਰਖ ਆਖੀ ਕਿਉਂ? ਕਿਉਂਕਿ ਜਿਸ ਲੱਭ ਲੋਭ ਅਹੰਕਾਰ, ਬਾਣੀ ਨੇ ਨਾਲ ਹੀ ਫੈਸਲਾ ਦੇ ਦਿੱਤਾ, ਉਹਦੇ ਮਨ ਵਿੱਚ ਇਹ ਹੰਕਾਰ ਆ ਗਿਆ ਕਿ ਇਹ ਵਿੱਦਿਆ ਮੈਂ ਪੜ੍ਹੀ, ਮੇਰੀ ਘਾਲਣਾ ਹੈ ਅਤੇ ਮੈਂ ਵਿਦਵਾਨ ਹਾਂ। ਉਹ ਇਹ ਨਾ ਸਮਝ ਸਕਿਆ ਇੱਕ ਸੁਰਤ ਦੇਣ ਵਾਲਾ ਜਿਹਨੇ ਵਿੱਦਿਆ ਨੂੰ ਗ੍ਰਹਿਣ ਕੀਤਾ ਉਹ ਤਾਂ ਮੇਰਾ ਮਾਲਕ ਹੈ, ਉਹ ਉਸ ਵਿੱਦਿਆ ਨੂੰ ਆਪਣੀ ਬਣਾ ਬੈਠਾ। ਤਾਂ ਗੁਰੂ ਦਾ ਇਸ ਚੇਤਨਾ ਨੂੰ ਜਗਾਉਣ ਦਾ ਮਕਸਦ ਹੈ ਕਿਸੇ ਕੋਲ ਜਿਹੜੀ ਚੀਜ਼ ਵੀ ਹੈ ਜਦੋਂ ਉਹ ਰੱਬ ਨਾਲੋਂ ਟੁੱਟ ਜਾਂਦਾ ਨਾ ਤੇ ਉਸ ਚੀਜ਼ ਨੂੰ ਆਪਣੀ ਬਣਾ ਬੈਂਦਾ। ਮੈਂ ਉਹਨੂੰ ਮੁਖਾਤਬ ਕਰਨਾ ਚਾਹੁੰਦਾ ਭਾਵੇਂ ਕੋਈ ਵੀ ਵਸਤੂ ਹੈ। ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਦਾਤ ਪਿਆਰੀ, ਦਾਤ ਪਿਆਰੀ ਵਿਸਰਿਆ ਦਤਾਰਾ, ਦਾਤ ਨਾਲ ਜੁੜ ਗਿਆ, ਉਹਨੂੰ ਆਪਣੀ ਬਣਾ ਲਿਆ। ਤੇ ਜਿੰਦੀ ਰਹਿਮਤ ਸਦਕਾ ਦਾਤ ਮਿਲੀ ਉਹਨੂੰ ਚੇਤੇ ਨਾ ਕੀਤਾ। ਹੁਣ ਦਾਤਾਂ ਵੱਖ ਵੱਖ ਨੇ, ਜਿਹਦੇ ਕੋਲ ਕੋਈ ਦਾਤ ਵੀ ਹੈ ਸਭ ਕੋ ਸਿਰਨਾਇਕ ਉਹ ਹੀ ਹੈ, ਸਭ ਸ੍ਰੀ ਸਭ ਕੋ ਸਿਰਨਾਇਕ, ਉਹ ਸਾਰਿਆਂ ਨੂੰ ਦਾਤ ਦੇ ਰਿਹਾ। ਇਹ ਗੱਲ ਵੱਖਰੀ ਹੈ, ਸੰਸਾਰ ਦੇ ਲੋਕ ਜਿਹੜੀ ਜਿਹੜੀ ਦਾਤ ਜਿਹੜੀ ਜਿਹੜੀ ਸ਼ਕਤੀ ਪ੍ਰਾਪਤ ਕਰਦੇ ਨੇ ਉਸ ਸ਼ਕਤੀ ਨਾਲ ਜੁੜ ਜਾਂਦੇ ਨੇ, ਦਾਤ ਦੇਣ ਵਾਲੇ ਨੂੰ ਭੁੱਲ ਜਾਂਦੇ ਨੇ, ਸ਼ਕਤੀਵਾਨ ਨੂੰ ਭੁੱਲ ਜਾਂਦੇ ਨੇ। ਇਸ ਲਈ ਪਿਛਲੀ ਲਾਈਨ ਨਾਲ ਨਾਲ ਚੱਲ ਰਹੀ ਹੈ, ਇੱਕ ਰਤੀ ਬਿਨ ਇੱਕ ਰਤੀ, ਉਹ ਕਿਸੇ ਕੰਮ ਦੇ ਨਹੀਂ ਰਹਿੰਦੇ। ਹੁਣ ਇਸ ਤੀਜੇ ਸਮਾਗਮ ਦੇ ਜਿਹੜੇ ਦੋ ਸਵਈਏ ਨੇ, ਪਹਿਲੇ ਦੋ ਸਮਾਗਮਾਂ ਵਿੱਚ ਚਾਰ ਸਵਈਆਂ ਵਿੱਚ ਭਗਤੀ ਮਾਰਗ ਵਿੱਚ ਤੁਰਨ ਵਾਲੇ ਕਰਮਕਾਂਡੀ ਲੋਕ ਜਿਹੜੇ ਰੱਬ ਦੇ ਅਸਲ ਮਾਰਗ ਨੂੰ ਨਹੀਂ ਪਛਾਣ ਸਕੇ, ਆਪਣੀ ਆਪਣੀ ਮਰਜ਼ੀ ਦਾ ਮਾਰਗ ਬਣਾ ਬੈਠੇ ਨੇ, ਉਹਨਾਂ ਦਾ ਜ਼ਿਕਰ ਸੀ। ਅਤੇ ਰਾਜੇ ਮਹਾਰਾਜੇ ਜਿਨ੍ਹਾਂ ਕੋਲ ਬਹੁਤ ਸਾਰੇ ਸਾਜੋ ਸਮਾਨ ਅਤੇ ਬਾਦਸ਼ਾਹੀ ਦੇ ਅਡੰਬਰ ਨੇ, ਉਹਨਾਂ ਵਿੱਚ ਨੇ ਮਸਤ ਹਾਥੀ, ਉਹਨਾਂ ਵਿੱਚ ਨੇ ਘੋੜੇ, ਹਵਾ ਨਾਲ ਗੱਲਾਂ ਕਰਨ ਵਾਲੇ ਸੁੰਦਰ ਘੋੜੇ, ਉਹਨਾਂ ਦੇ ਸਾਹਮਣੇ ਨੇ ਸਲਾਮਾਂ ਕਰਨ ਵਾਲੇ, ਨਮਸਕਾਰਾਂ ਕਰਨ ਵਾਲੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਨਿਆਵਤ ਸੀਸ ਨਾ ਜਾਤ ਵਿਚਾਰੇ। ਇਹ ਗੱਲਾਂ ਚੱਲ ਰਹੀਆਂ ਸਨ ਬਾਦਸ਼ਾਹਾਂ ਦੀਆਂ ਅਤੇ ਉਸ ਮਾਰਗ ਦੀਆਂ। ਹੁਣ ਉਹਨਾਂ ਨੂੰ ਵੀ ਯਾਦ ਕਰਾਇਆ ਨੇ, ਭਲਿਓ ਤੁਸੀਂ ਜੇ ਰੱਬ ਨਾਲੋਂ ਅਸਲ ਮਾਰਗ ਨਾਲੋਂ ਟੁੱਟ ਗਏ ਤੇ ਨਾ ਕਰਮ ਕਾਂਡ ਨੇ ਕੰਮ ਆਉਣਾ, ਨਾ ਇਹਨਾਂ ਰਾਜ ਭਾਗ ਦੇ ਵੱਡੇ ਅਡੰਬਰਾਂ ਨੇ ਨਾਲ ਜਾਣਾ, ਇਹ ਸਮਝਾਇਆ। ਹੁਣ
ਅੱਜ ਦੇ ਇਹਨਾਂ ਦੋਵਾਂ ਸਵਾਈਆਂ ਵਿੱਚ ਇੱਕ ਤੀਜੀ ਸ਼ਕਤੀ ਨੂੰ ਸਾਹਮਣੇ ਲੈ ਆਉਂਦਾ। ਮਿਹਨਤ ਕੀਤੀ ਸੀ, ਹਰ ਕੋਈ ਸ਼ਕਤੀਵਾਨ ਹੋਣਾ ਚਾਹੁੰਦਾ, ਸ਼ਕਤੀ ਦਾ ਪੁਜਾਰੀ ਹੋ ਗਿਆ, ਸ਼ਕਤੀਵਾਨ ਦਾ ਨਹੀਂ ਸ਼ਕਤੀ ਦਾ ਪੁਜਾਰੀ ਹੋ ਗਿਆ। ਹੁਣ ਤੀਜੀ ਸ਼ਕਤੀ ਕਿਹੜੀ ਹੈ? ਕਹਿੰਦੇ ਨੇ ਉਹ ਹੈ ਮਹਾਬਲੀ ਯੋਧਾ ਸੂਰਮਾ ਹੋਣਾ, ਬਾਜ਼ੂ ਬਲ ਵਾਲਾ ਹੋਣਾ। ਜ਼ਰੂਰੀ ਨਹੀਂ ਹਰ ਬਾਦਸ਼ਾਹ ਆਪ ਖੁਦ ਬਾਜ਼ੂ ਬਲ ਵਾਲਾ ਹੋਵੇ, ਵੀਰ ਯੋਧਾ ਹੋਵੇ। ਤੁਸੀਂ ਬਾਦਸ਼ਾਹਾਂ ਦੀ ਹਿਸਟਰੀ ਪੜ੍ਹੋ, ਕਈ ਬੜੇ ਬੁਜ਼ਦਿਲ, ਬੜੇ ਕਮਜ਼ੋਰ, ਪਰ ਕਿਉਂਕਿ ਵਿਰਸੇ ਵਿੱਚ ਰਾਜ ਗੱਦੀ ਮਿਲ ਗਈ, ਹੁਣ ਸਿਪਾ ਸਲਾਰ ਅਤੇ ਉਹਨਾਂ ਦੀਆਂ ਫੌਜਾਂ ਹੀ ਭਈ ਰਾਖੀ ਕਰਦੀਆਂ ਨੇ, ਆਪ ਨੂੰ ਉਹਨਾਂ ਨੂੰ ਕੋਈ ਪਤਾ ਨਹੀਂ। ਐਸੀ ਹਿਸਟਰੀ ਵਿੱਚ ਸਾਨੂੰ ਬਾਦਸ਼ਾਹ ਮਿਲਦੇ ਨੇ, ਮੁਹੰਮਦ ਸ਼ਰਮੀਲਾ ਵਰਗੇ ਬੜੇ ਮਿਲਦੇ ਨੇ। ਹੁਣ ਗੁਰੂ ਕਹਿੰਦੇ ਨੇ ਇੱਕ ਬਾਦਸ਼ਾਹ ਹੋਣਾ ਵੱਖਰੀ ਗੱਲ ਹੈ, ਇੱਕ ਵੀਰ ਯੋਧਾ ਸੂਰਮਾ ਹੋਣਾ ਵੱਖਰੀ ਗੱਲ ਹੈ। ਕਰਮਕਾਂਡੀ ਲੋਕਾਂ ਨੂੰ ਸਮਝਾਇਆ ਹੈ, ਮੈਂ ਬਾਦਸ਼ਾਹਾਂ ਨੂੰ ਸਮਝਾਇਆ ਹੈ ਕਿ ਬਾਦਸ਼ਾਹ ਦੇ ਅਡੰਬਰ ਵਿੱਚ ਵੇਖ ਕੇ ਭੁੱਲ ਨਾ ਜਾਇਓ। ਕਹਿਣ ਲੱਗੇ ਮੈਂ ਹੁਣ ਉਹਨਾਂ ਵੱਲ ਵੀ ਦੇਖਣਾ ਜਿਹੜੇ ਲੋਕ ਬਾਜ਼ੂ ਬਲ ਵਾਲੇ ਨੇ, ਬੜੇ ਮਹਾਨ ਯੋਧੇ ਨੇ, ਬੜੇ ਸੂਰਮੇ ਨੇ, ਅਤੇ ਆਪਣੀ ਤਾਕਤ ਤੇ ਉਹਨਾਂ ਨੂੰ ਅਭਿਮਾਨ ਹੋ ਗਿਆ। ਜਿਵੇਂ ਉਹਨਾਂ ਨੂੰ ਬਾਦਸ਼ਾਹ ਤੇ ਅਭਿਮਾਨ ਹੈ, ਉਹਨਾਂ ਨੂੰ ਕਰਮਕਾਂਡ ਤੇ ਅਭਿਮਾਨ ਆਇਆ, ਕਿਸੇ ਦੂਜੇ ਦੀ ਗੱਲ ਨਹੀਂ ਸੁਣਦੇ, ਆਪਣੀ ਚਲਾਉਣਾ ਚਾਹੁੰਦੇ ਨੇ। ਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਵੀਰ ਯੋਧਿਆਂ ਨੂੰ ਵੀ ਅਭਿਮਾਨ ਹੋ ਗਿਆ, ਸੂਰਮੇ ਵੀ ਹੰਕਾਰੀ ਹੋ ਗਏ ਨੇ, ਕਿਉਂਕਿ ਉਹਨਾਂ ਕੋਲ ਤੇ ਬਾਜ਼ੂ ਬਲ ਹੈ। ਹੁਣ ਇੱਥੇ ਪਿਛਲੀ ਗੱਲ ਨੂੰ ਨਾਲ ਜੋੜਿਆ ਨੇ, ਕਹਿੰਦੇ ਨੇ ਉਹਨਾਂ ਕੋਲ ਤੇ ਮਸਤ ਹਾਥੀ ਨੇ ਨਾ, ਪੁਪਤਾਂ ਕੋਲ ਮਾਤੇ ਮਤੰਗ ਨੇ। ਵੀਰ ਯੋਧਿਆਂ ਵਿੱਚ ਇਹ ਹੰਕਾਰ ਹੈ ਕਿ ਅਸੀਂ ਮਾਤੇ ਗਜਾਣ ਕੇ ਮਾਣ ਮਲਈਆ, ਅਸੀਂ ਜਿਹੜੇ ਉਹ ਮਸਤ ਹਾਥੀ ਨੇ ਉਹਨਾਂ ਕੋਲ, ਉਹਨਾਂ ਦਾ ਮਾਣ ਵੀ ਮਲ ਸਕਣੇ। ਬਿਲਕੁਲ ਮੁਕਾਬਲਤਨ ਜੋੜ ਰਹੇ ਨੇ ਗੱਲ, ਉਹਨਾਂ ਕੋਲ ਮਾਤੇ ਮਤੰਗ ਨੇ ਜਿਹੜੇ ਪਹਿਲੇ ਸਵਾਈਆਂ ਵਿੱਚ ਆ ਚੁੱਕੀ ਤੋਂ। ਇੱਥੇ ਮਾਤੇ ਗਜਾਣ ਦਾ ਲਫ਼ਜ਼ ਵੀ ਮਾਤੇ ਮਤੰਗ ਹੈ, ਕਿਉਂਕਿ ਗਜ ਵੀ ਹਾਥੀ ਨੂੰ ਕਹਿੰਦੇ ਅਤੇ ਮਾਤੇ ਦਾ ਮਸਤ ਹਾਥੀ। ਕਹਿੰਦੇ ਨੇ ਉਹਨਾਂ ਕੋਲ ਤਾਂ ਇਸ ਗੱਲ ਦਾ ਹੰਕਾਰ ਸੀ, ਸਾਡੇ ਕੋਲ ਮਸਤ ਹਾਥੀ ਨੇ, ਸਾਡੇ ਕੋਲ ਇਸ ਗੱਲ ਦਾ ਹੰਕਾਰ ਹੈ ਕਿ ਅਸੀਂ ਮਸਤ ਹਾਥੀਆਂ ਦੀ ਸ਼ਕਤੀ ਨੂੰ ਵੀ ਮਲ ਸਕਣੇ, ਮਸਤ ਹਾਥੀ ਵੀ ਸਾਡੇ ਮੁਕਾਬਲੇ 'ਤੇ ਆ ਜਾਣ ਅਤੇ ਅਸੀਂ ਉਹਨਾਂ ਨੂੰ ਦੁਫੇੜ ਦਿਆਂ। ਅਗਲੀ ਤੁਕ ਸ਼ੁਰੂ ਹੋਈ, ਅਗਲੇ ਸਵਈਏ ਸ਼ੁਰੂ ਹੋਏ ਉਹਨਾਂ ਸੂਰਮਿਆਂ ਵੀਰ ਯੋਧਿਆਂ ਦੀ ਗੱਲ ਦੇ, ਜਿਨ੍ਹਾਂ ਦੇ ਮਨ ਵਿੱਚ ਸ਼ਕਤੀ ਆਉਣ ਨਾਲ, ਸੂਰਮਾ ਪਾਲ ਬਾਜ਼ੂ ਬਲ ਆਉਣ ਨਾਲ ਹੰਕਾਰ ਹੋ ਗਿਆ। ਸ਼ੁੱਧ ਸਿਪਾਹਾ, ਸ਼ੁੱਧ ਸਿਪਾਹਾ, ਸੋਧੇ ਹੋਏ, ਪਰਖੇ ਹੋਏ, ਜਿਨ੍ਹਾਂ ਦੀਆਂ ਬਾਹਾਂ ਸ਼ਕਤੀਆਂ ਨੂੰ ਲੋਕਾਂ ਨੇ ਅਨੇਕਾਂ ਮੈਦਾਨੇ ਜੰਗਾਂ ਵਿੱਚ ਪਰਖਿਆ ਅਤੇ ਆਖਿਆ ਇਹ ਮਹਾਨ ਯੋਧੇ ਨੇ। ਹਰ ਫੀਲਡ ਵਿੱਚ, ਹਰ ਪਿੰਡ ਵਿੱਚ, ਹਰ ਅਖਾੜੇ ਵਿੱਚ ਕਿਸੇ ਪਹਿਲਵਾਨ ਦਾ, ਯੋਧੇ ਦਾ ਇੱਕ ਐਗਜ਼ਾਮ ਟੈਸਟ ਹੁੰਦਾ, ਉਹ ਉਹਦੇ ਵਿੱਚੋਂ ਪਾਸ ਹੁੰਦਾ ਅਤੇ ਉਹਨੂੰ ਨਾਮ ਮਿਲਦਾ, ਇਹਨੇ ਫਲਾਣਾ ਫਲਾਣਾ ਅਖਾੜਾ ਜਿੱਤਿਆ। ਉਹਨੂੰ ਕਹਿੰਦੇ ਨੇ ਸੁੱਧ, ਸੋਧੇ ਹੋਏ, ਪਰਖੇ ਹੋਏ ਸਿਪਾਹੀ। ਸ਼ੁੱਧ ਸਿਪਾਹਾ ਦੁਰੰਤ, ਬੜੇ ਲੜਾਕੇ, ਅਤੇ ਜਿਨ੍ਹਾਂ ਦਾ ਮਾਣ, ਜਿਨ੍ਹਾਂ ਦੀ ਸ਼ਕਤੀ ਨੂੰ ਕੋਈ ਦਬਾ ਨਾ ਸਕੇ। ਸ਼ੁੱਧ ਸਿਪਾਹਾ ਦੁਰੰਤ ਦਬਾਹਾ, ਅਤੇ ਕਹਿਣ ਲੱਗੇ ਉਹਨਾਂ ਦਾ ਸ਼ਿੰਗਾਰ ਕੀ ਹੈ? ਜਿਵੇਂ ਬਾਦਸ਼ਾਹਾਂ ਦਾ ਸ਼ਿੰਗਾਰ ਹੈ ਨਾ, ਚੰਗਾ ਉੱਚਾ ਤਖਤ, ਸਲਾਮਾਂ ਕਰਨ ਵਾਲੇ ਲੋਕ, ਬੜੇ ਵੱਡੇ ਵੱਡੇ ਸ਼ਾਮਿਆਨੇ, ਰਾਹ ਵਿੱਚ ਚੱਲਦਿਆਂ ਅੱਗੇ ਅੱਗੇ ਵੱਜਣ ਵਾਲੇ ਨਗਾਰੇ, ਧੌਂਸੇ ਜਿਹੜੇ ਪਿਛਲੇ ਆ ਚੁੱਕੇ ਨੇ ਸਵਈਆਂ ਵਿੱਚ, ਉਹਨਾਂ ਦਾ ਉਹ ਸਾਰ ਸਿੰਘ। ਜੇ ਉਹਨਾਂ ਕੋਲ ਧੌਂਸੇ ਨਾ ਹੋਣ, ਨਗਾਰੇ ਨਾ ਹੋਣ, ਕੌਣ ਆਖੇ ਬਾਦਸ਼ਾਹ ਪਿਆ ਜਾਂਦਾ ਹੈ? ਉਹਨਾਂ ਦਾ ਸਾਜ ਉਹ ਹੈ। ਪਰ ਕਹਿਣ ਲੱਗੇ ਜਿਹੜੇ ਵੀਰ ਯੋਧੇ ਨੇ ਨਾ, ਜਿਹੜੇ ਸ਼ੁੱਧ ਸਿਪਾਹ ਨੇ, ਉਹਨਾਂ ਦਾ ਸਾਜ ਕੀ ਹੈ? ਸੰਜੋਆਂ, ਸ਼ਸਤਰ, ਹਥਿਆਰ। ਉਹ ਆਪਣੇ ਸਾਜ ਨਾਲ ਸ਼ਿੰਗਾਰੇ ਹੋਏ, ਜਿਹੜੇ ਦਿਨ ਰਾਤ ਸੰਜੋਅ ਪਹਿਣ ਕੇ ਰੱਖਦੇ ਨੇ, ਹਰ ਵਕਤ ਮੈਦਾਨੀ ਜੰਗ ਵਿੱਚ ਦੋ ਹੱਥ ਕਰਨ ਲਈ ਤਿਆਰ ਰਹਿੰਦੇ ਨੇ,
ਆ ਉਹਨਾਂ ਨੂੰ ਇਹ ਵਿਸ਼ਵਾਸ ਹੈ ਮੈਂ ਆਪਣੇ ਦੁਰਜਨ ਭਾਵ ਦੋਖੀਆਂ ਨੂੰ ਆਪਣੇ ਵਿਰੋਧੀਆਂ ਨੂੰ ਆਪਣੇ ਵੈਰੀਆਂ ਨੂੰ ਦਲ ਕੇ ਰੱਖ ਦਿਆਂਗਾ ਟੁਕੜੇ ਟੁਕੜੇ ਕਰ ਦਿਆਂਗਾ। ਸ਼ੁੱਧ ਸਿਪਾਹ ਦੁਰੰਤ ਦਬਾਹ ਸੁਸਾਜ ਸੰਨਾਹਾ ਸੁਨਾਹ ਤੋਂ ਭਾਵੇ ਸੰਜੋ ਜਿਹੜੀ ਬੀਰਜੋ ਦੇ ਸੁਰ ਮੈਂ ਪਹਿਨਦੇ ਸੁਸਾਜ ਸੁਨਾਹਾ ਦੁਰਜਾਨ ਦਲੇਂਗੇ ਦੁਰਜਨ ਕਹਿੰਦੇ ਨੇ ਵੈਰੀ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਨੇਕਾਂ ਥਾਵਾਂ 'ਤੇ ਵੈਰੀ ਲਈ ਦੁਰਜਨ ਲਫ਼ਜ਼ ਵਰਤਿਆ ਗਿਆ। ਦੁਰਜਨ ਸੇਤੀ ਨਿਓ ਰਿਖਾ ਲਗਾਇਓ ਦੱਸ ਵੇਖਾਂ ਮੈਂ ਕਾਰਨ ਦੋਹੀ ਦਿੱਚੇ ਦੁਰਜਨਾ ਮਿੱਤਰਾਂ ਕੂ ਜੈਕਾਰ। ਦੁਰਜਨ ਦਾ ਅਰਥ ਹੈ ਵੈਰੀ ਦੁਸ਼ਮਣ। ਕਹਿਣ ਲੱਗੇ ਦੁਰਜਨਾ ਨੂੰ ਦਲ ਦਿਆਂਗੇ ਦੁਰਜਾਨ ਦਲੇਂਗੇ ਟੁਕੜੇ ਟੁਕੜੇ ਕਰ ਦਿਆਂਗੇ। ਅਤੇ ਮਨ ਵਿੱਚ ਇੰਨੀ ਹਉਮੈ ਇੰਨਾ ਹੰਕਾਰ ਆ ਗਿਆ ਇਸ ਸ਼ਕਤੀ ਨੂੰ ਲੈ ਕੇ ਬਲ ਨੂੰ ਤਾਕਤ ਨੂੰ ਭੁਜਾ ਦੇ ਬਲ ਨੂੰ ਲੈ ਕੇ ਕਿ ਉਹ ਦੁਨੀਆਂ ਦੇ ਸਾਹਮਣੇ ਇੱਕ ਵੰਗਾਰ ਪਾਉਂਦੇ ਨੇ ਚੈਲੰਜ ਕਰਦੇ ਨੇ। ਭਾਰੀ ਗੁਮਾਨ ਭਰੇ ਮਨ ਮੈਂ ਹੁਣ ਆ ਦੇਖੇ ਰੱਬ ਦੇ ਰਾਹ ਅਤੇ ਇਹਨਾਂ ਵਿੱਚ ਕੀ ਫਰਕ ਹੋਣਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਸ਼ਕਤੀਵਾਨ ਹੋਣਾ ਬੜਾ ਮਹਾਨ ਹੈ ਪਰ ਸ਼ਕਤੀ ਨੂੰ ਬਰਦਾਸ਼ਤ ਕਰਨਾ ਉਦੋਂ ਮਹਾਨ ਹੈ। ਰੱਬ ਵਿੱਚ ਸ਼ਕਤੀ ਹੈ ਜਿਹਦੇ ਸੰਬੰਧ ਵਿੱਚ ਗੁਰੂ ਨੇ ਆਖ ਦਿੱਤਾ ਕਿ ਜੇ ਉਹ ਚਾਹੇ ਜਲ 'ਤੇ ਥਲ ਕਰ ਥਲ 'ਤੇ ਕੂਆ ਕੂਪ 'ਤੇ ਮੇਰ ਕਰਾਵੇ ਧਰਤੀ 'ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ ਉਹ ਧਰਤੀ ਉੱਪਰ ਅਤੇ ਅਸਮਾਨ ਥੱਲੇ ਕਰ ਸਕਦਾ ਕਰ ਸਕਦਾ ਉਹਦੇ ਕੋਲ ਸ਼ਕਤੀ ਪਰ ਕਰਦਾ ਨਹੀਂ। ਹਾਲਾਂਕਿ ਇਸ ਧਰਤੀ 'ਤੇ ਅਨੇਕਾਂ ਗੁਨਾਹਗਾਰ ਰਹਿੰਦੇ ਨੇ ਅਨੇਕਾਂ ਨਾਸਤਿਕ ਰਹਿੰਦੇ ਨੇ ਜਿਹੜੇ ਰੱਬ ਦੀ ਹੋਂਦ ਨੂੰ ਵੀ ਨਹੀਂ ਕਬੂਲਦੇ ਰੱਬ ਦੇ ਸਾਹਮਣੇ ਬਾਗੀ ਨੇ ਬਗਾਵਤ ਕੀਤੀ ਬੈਠੇ ਨੇ ਕਹਿੰਦੇ ਨੇ ਤੈਨੂੰ ਅਸੀਂ ਕੀ ਸਮਝਦੇ। ਪਰ ਰੱਬ ਕਦੀ ਨਾਰਾਜ਼ ਗੁੱਸੇ ਵਿੱਚ ਆ ਕੇ ਆਪਣੀ ਸ਼ਕਤੀ ਨਹੀਂ ਵਰਤਦਾ ਵੀ ਇਹੋ ਜਿਹੀ ਧਰਤੀ ਨੂੰ ਬਣਾ ਕੇ ਕੀ ਲੈਣਾ ਜਿਸ ਧਰਤੀ ਦੇ ਵਾਰਸ ਇਹੋ ਜਿਹੇ ਲੋਕ ਨੇ ਧਰਤੀ ਉਲਟਾ ਦੇ ਬਿਲਕੁਲ ਨਹੀਂ ਉਲਟਾਉਂਦਾ। ਉਹਦੇ ਕੋਲ ਸ਼ਕਤੀ ਹੈ ਪਰ ਸ਼ਕਤੀ ਨੂੰ ਬਰਦਾਸ਼ਤ ਕਰਨ ਦੀ ਤਾਕਤ ਧੀਰਜ ਵੀ ਹੈ ਪਰ ਇਹ ਚੰਗੇ ਨੇ। ਗੁਰੂ ਕਹਿੰਦੇ ਨੇ ਜਿਹਦੇ ਕੋਲ ਸੂਰਮਾਪਣ ਬਲ ਆਉਣ ਨਾਲ ਉਹ ਹੰਕਾਰੀ ਹੋ ਜਾਏ ਉਹ ਭਲਾ ਨਿਰਹ ਅਹੰਕਾਰ ਜਿਹੜਾ ਅਕਾਲ ਪੁਰਖ ਹੈ ਉਹਦੇ ਨਾਲ ਪਿਆਰ ਕਿਵੇਂ ਪਾ ਸਕਦਾ ਉਹਦੇ ਨਾਲ ਸੰਬੰਧ ਕਿਵੇਂ ਜੋੜ ਸਕਦਾ। ਇਸੇ ਲਈ ਇਸ ਕਿਸਮ ਦੇ ਵੀਰ ਯੋਧੇ ਵੀ ਰੱਬ ਨਾਲ ਸੰਬੰਧ ਨਹੀਂ ਪੈਦਾ ਕਰ ਸਕੇ। ਕਹਿਣ ਲੱਗੇ ਭਾਰੀ ਗੁਮਾਨ ਭਰੇ ਮਨ ਮੈਂ ਇੰਨਾ ਬਿਮਾਨ ਅਤੇ ਦੁਨੀਆਂ ਨੂੰ ਆਖਦੇ ਨੇ ਦੁਨੀਆਂ ਦੇ ਲੋਕੋ ਅਸੀਂ ਇੰਨੇ ਆਪਣੇ ਇਰਾਦੇ ਦੇ ਕਦਮਾਂ ਦੇ ਇੰਨੇ ਦ੍ਰਿੜ ਹਾਂ ਕਿ ਜੇ ਪਹਾੜ ਨੂੰ ਵੀ ਖੰਭ ਲੱਗ ਜਾਣ ਤਾਂ ਉਹ ਆਪਣੇ ਥਾਂ ਤੋਂ ਪਿੱਛੇ ਹਟ ਜਾਏ। ਪਰ ਅਸੀਂ ਮੈਦਾਨੇ ਜੰਗ ਵਿੱਚ ਕਿਸੇ ਦੁਸ਼ਮਣ ਕੋਲੋਂ ਡਰ ਕੇ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਅਸੀਂ ਪਹਾੜ ਨਾਲੋਂ ਵੱਡਾ ਜਿਗਰਾ ਅਤੇ ਵੱਡੀ ਸ਼ਕਤੀ ਰੱਖਦੇ ਹਾਂ। ਐਸੀ ਹਉਮੈ ਮਨ ਵਿੱਚ ਆ ਗਈ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਿੱਲੇ ਨਾ ਹਿਲੇਂਗੇ ਕਰ ਪਰਬਤ ਪੰਖ ਹਿੱਲੇ ਨਾ ਹਿਲੇਂਗੇ। ਅਸੀਂ ਤੇ ਆਪਣੇ ਵੈਰੀਆਂ ਦੇ ਛੱਕੇ ਛੁਡਾ ਦਿਆਂਗੇ। ਜਿੰਨੇ ਬਗਾਵਤ ਕਰਨ ਵਾਲੇ ਨੇ ਐਸੀਆਂ ਐਸੀਆਂ ਬਗਾਵਤਾਂ ਜਿਹੜੇ ਸ਼ਕਤੀਸ਼ਾਲੀ ਬਾਗੀ ਨੇ ਅਸੀਂ ਉਹਨਾਂ ਦੀਆਂ ਬਗਾਵਤਾਂ ਦਬਾ ਦਿੰਦੇ ਹਾਂ। ਇੱਥੇ ਹੀ ਬਸ ਨਹੀਂ ਅਤੇ ਜਿਹੜੇ ਇਸ ਲਈ ਬਗਾਵਤ ਕਰਦੇ ਹੋਣ ਕਿ ਸਾਡੇ ਕੋਲ ਮਾਤੇ ਮਤੰਗ ਨੇ ਅਸੀਂ ਉਹਨਾਂ ਮਾਤੇ ਗਜਾਣ ਦੇ ਮਾਣ ਮਲਈਆ ਹੋ ਬਣ ਕੇ ਆਵਾਂਗੇ। ਕਹਿਣ ਲੱਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗ ਮਾਨ ਮਲੇਂਗੇ। ਪਹਿਲਿਆਂ ਵਿੱਚ ਸੀ ਮਾਤੇ ਗਜਾਨ ਕਿ ਮਾਨ ਮਲਈਆ ਪਹਿਲੇ ਵਿੱਚ ਸੀ ਮਾਤੇ ਮਤੰਗ ਜਰੇ ਜਰ ਸੰਗ ਇੱਥੇ ਹੈ ਮਾਤੇ ਮਤੰਗਨ ਮਾਨ ਮਲੇਂਗੇ।
ਉਹਨਾਂ ਦੇ ਮਾਣ ਨੂੰ ਜਿਹੜਾ ਬਾਦਸ਼ਾਹਾਂ ਕੋਲ ਸੀ ਉਹਨਾਂ ਨੂੰ ਖਤਮ ਕਰਨ ਵਾਲੇ ਵੀਰ ਯੋਧੇ ਹੋਏ ਆ ਗਏ, ਉਹਨਾਂ ਦਾ ਜ਼ਿਕਰ ਸ਼ੁਰੂ ਹੋ ਗਿਆ। ਪਰ ਗੁਰੂ ਨੇ ਇੱਕ ਖਿਆਲ ਦੇ ਦਿੱਤਾ ਆਖਰੀ ਲਾਈਨ ਵਿੱਚ, ਕਹਿਣ ਲੱਗੇ ਮੈਂ ਇੱਕ ਗੱਲ ਦੇਖ ਰਿਹਾ, ਉਹ ਸਾਰੇ ਸ਼ਕਤੀ ਰੱਬ ਕੋਲੋਂ ਲੈ ਕੇ ਤਾਕਤ ਦੇਣ ਵਾਲਾ ਤਾਂ ਉਹ ਹੈ, ਉਹਦੀ ਐਗਜ਼ਾਮਪਲ ਦੀ ਬਜਾਏ ਉਹ ਇੰਨੇ ਹੰਕਾਰ ਵਿੱਚ ਆ ਗਏ ਨੇ ਕਿ ਹਰ ਇੱਕ ਨੂੰ ਚੈਲੇਂਜ ਕਰਦੇ ਨੇ ਅਤੇ ਸ਼ਕਤੀ ਨੂੰ ਆਪਣੀ ਬਣਾ ਬੈਠੇ ਨੇ ਕਿ ਸਾਡੀ ਸ਼ਕਤੀ ਇਸ ਲਈ ਹੰਕਾਰ ਵਿੱਚ ਆਏ ਨੇ। ਗੁਰੂ ਕਹਿੰਦੇ ਨੇ ਮੈਂ ਐਸੇ ਮਨੁੱਖ ਨੂੰ ਨਿਦਾਨ ਆਖਣਾ, ਬੇਸਮਝ। ਨਿਦਾਨ ਦਾ ਅਰਥ ਕੀ ਹੁੰਦਾ? ਬੇਸਮਝ, ਜਿਹਦੇ ਕੋਲ ਦਨਾਈ ਨਾ ਹੋਵੇ। ਨਦਾਨ ਬੱਚੇ ਨੂੰ ਕਹਿੰਦੇ ਨੇ। ਅਤੇ ਬੱਚੇ ਦੀ ਕੀ ਆਦਤ ਹੁੰਦੀ ਹੈ ਤੁਸੀਂ ਆਮ ਰੋਜ਼ਾਨਾ ਜੀਵਨ ਵਿੱਚ ਦੇਖਿਓ, ਬੱਚੇ ਦੀ ਕੀ ਆਦਤ ਹੁੰਦੀ ਹੈ? ਤੁਸੀਂ ਕਿਸੇ ਦੇ ਘਰ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਓ ਨਾ, ਉੱਥੇ ਉਸਦੇ ਟਾਇਲ ਰੂਮ ਵਿੱਚ ਜਾ ਕੇ ਉਹ ਵੀ ਖੇਡਣ ਲੱਗ ਪੈਂਦਾ ਅਤੇ 10 ਮਿੰਟ ਬਾਅਦ ਜਦੋਂ ਘਰ ਨੂੰ ਤੁਰਦੇ ਉੱਥੋਂ ਦੇ ਸਾਰੇ ਜਿੰਨੇ ਖਿਡੌਣੇ ਨੇ ਉਹ ਆਪਣੀ ਮਲਕੀਅਤ ਹੀ ਬਣਾ ਪੈਂਦਾ, ਮੈਂ ਨਾਲ ਲੈ ਕੇ ਜਾਣੇ। ਤੁਸੀਂ ਆਖਦੇ ਹੋ ਤੇਰੇ ਘਰ ਵੀ ਬੜੇ ਨੇ ਇਹਨੂੰ ਛੱਡ ਜਾ, ਇਹ ਆਮ ਰੋਜ਼ਾਨਾ ਜੀਵਨ ਦੀ ਗੱਲ। ਉਹ ਕਹਿੰਦੇ ਨਹੀਂ ਮੇਰੇ ਨੇ, ਇਹ ਨਦਾ ਨਹੀਂ, ਉਹਨੂੰ ਪਤਾ ਹੀ ਨਹੀਂ ਮੇਰੇ ਹੈ ਕਿ ਨਹੀਂ, ਜਿਹੜੇ ਉਹਨੂੰ ਮਿਲ ਗਏ ਉਸੇ ਨੂੰ ਖੇਡਦਾ ਖੇਡਦਾ ਆਪਣੇ ਹੀ ਬਣਾ ਬੈਠਾ। ਗੁਰੂ ਕਹਿਣ ਲੱਗੇ ਸ਼ਕਤੀ ਤਾਂ ਦਿੱਤੀ ਸੀ ਮੇਰੇ ਰੱਬ ਨੇ, ਇਹ ਆਪਣੀ ਬਣਾ ਬੈਠਾ, ਇੰਨਾ ਨਾਦਾਨ ਹੈ, ਬੱਚਾ ਹੈ, ਇਹਨੂੰ ਇਹ ਪਤਾ ਹੀ ਨਹੀਂ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਤਿਆਗ ਜਹਾਨ, ਨਿਦਾਨ ਚਲੇਂਗੇ। ਇਹ ਜਿਹੜੇ ਨਾਦਾਨ ਨੇ ਨਾ, ਜਿਹੜੇ ਆਪਣੀ ਸ਼ਕਤੀ ਤੇ ਅਭਿਮਾਨ ਕਰ ਬੈਠੇ ਨੇ ਕਿ ਸ਼ਕਤੀ ਸਾਡੀ ਹੈ, ਪਰਬਤ ਹਿੱਲ ਸਕਦਾ ਅਸੀਂ ਨਹੀਂ ਹਿੱਲ ਸਕਦੇ, ਸਾਡੇ ਸਾਹਮਣੇ ਕੋਈ ਟਿਕ ਨਹੀਂ ਸਕਦਾ। ਗੁਰੂ ਕਹਿੰਦੇ ਨੇ ਇਹ ਸ਼ਕਤੀ ਤਾਂ ਸੀ ਮੇਰੇ ਪਰਮਾਤਮਾ ਦੀ, ਉਸ ਦਿਨ ਉਹਨਾਂ ਨੂੰ ਪਤਾ ਲੱਗੇਗਾ ਜਿਸ ਦਿਨ ਉਸ ਪ੍ਰਭੂ ਨਾਲੋਂ ਟੁੱਟ ਕੇ ਉਹ ਵੀ ਇਸ ਸੰਸਾਰ ਤੋਂ ਜਾਣਗੇ ਅਤੇ ਜਾਣਗੇ ਨਿਰਤਾਕਤ ਹੋ ਕੇ ਉਸ ਮੌਤ ਦੇ ਸਾਹਮਣੇ, ਉਹਨਾਂ ਦੀ ਇਹ ਸ਼ਕਤੀ ਨਹੀਂ ਰਹੇਗੀ, ਹੇ ਮੌਤ ਤੂੰ ਕਿਵੇਂ ਆਈ ਹੈ, ਅਸੀਂ ਵੀ ਬਲਵਾਨ ਹਾਂ, ਤੇਰਾ ਮੁਕਾਬਲਾ ਕਰਨ ਮੁਕਾਬਲਾ ਉਸ ਮਾਲਕ ਦੇ ਹੁਕਮ ਨਾਲ ਨਹੀਂ ਕਰ ਸਕਦੇ। ਉਦੋਂ ਉਹਨਾਂ ਨੂੰ ਆਪਣੀ ਨਾਦਾਨੀ ਦਾ, ਆਪਣੀ ਉਸ ਬੇਸਮਝੀ ਦਾ ਪਤਾ ਲੱਗੇਗਾ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਤਿਆਗ ਜਹਾਨ, ਨਦਾਨ ਚਲੇਂਗੇ। ਵੀਰ ਅਪਾ, ਇਹ ਦੋਨੋਂ ਸਵਈਏ ਵੀਰ ਯੋਧਿਆਂ ਦੇ ਸੰਬੰਧ ਵਿੱਚ। ਵੀਰ ਅਪਾਰ ਬੜੇ ਬਰਿਆਰ, ਬੜੇ ਵਰਿਆਮ ਜੋਧੇ ਬਲਵਾਨ, ਤੇ ਇੱਕ ਨਹੀਂ ਦੋ ਨਹੀਂ ਅਪਾਰ ਬੜੇ, ਤੇ ਇਹੋ ਜੇ ਜਿਨ੍ਹਾਂ ਦੇ ਜੀਵਨ ਦੀ ਭੁੱਖ ਹੀ ਖੁਰਾਕ ਹੀ ਦੁਸ਼ਮਣ ਦੇ ਵਾਰ ਸਹਿਣ ਹੈ, ਅਵਿਚਾਰੇ ਜਿੱਥੇ ਆੜਾ ਲੱਗ ਜਾਏ ਨਾ ਉੱਥੇ ਵਿਰੋਧੀ ਸ਼ਬਦ ਬਣ ਜਾਂਦਾ, ਉਲਟ ਹੋ ਜਾਂਦਾ। ਵਿਚਾਰ ਹੋਰ ਚੀਜ਼ ਹੈ, ਅਵਿਚਾਰ ਹੋਰ ਚੀਜ਼ ਹੈ, ਜਿੱਥੇ ਵਿਚਾਰ ਨਾ ਹੋਵੇ ਸੋਚਣ ਦੀ ਲੋੜ ਹੀ ਨਹੀਂ। ਇੱਕ ਖਿਆਲ ਕਰਿਓ, ਸੋਚਦਾ ਮਨੁੱਖ ਉੱਥੇ ਹੈ ਜਿੱਥੇ ਕੋਈ ਫੈਸਲਾ ਅਜੇ ਕਰਨਾ ਹੋਵੇ। ਆ ਸੂਖਸ਼ਮ ਜੀ ਗੱਲ ਸਮਝਣ ਵਾਲੀ, ਮਨੁੱਖ ਨੂੰ ਸੋਚਣ ਦੀ ਲੋੜ ਉੱਥੇ ਪੈਂਦੀ ਹੈ। ਆਪਾਂ ਕਈ ਵਾਰ ਕਿਸੇ ਨਾਲ ਕੋਈ ਗੱਲ ਕਰੀਏ ਤਾਂ ਆਖੀਦਾ ਵੀ ਤੂੰ ਸੋਚ ਕੇ ਮੈਨੂੰ ਦੱਸ ਦੇ, ਜੇ ਉਦੋਂ ਨਾ ਦੱਸ ਸਕੇ ਸੋਚ ਲੈ ਅਜੇ ਫੈਸਲਾ ਕਰਨਾ। ਅਤੇ ਅੱਗੋਂ ਕਈ ਵਾਰੀ ਉਹ ਜਵਾਬ ਦੇ ਦਿੰਦਾ, ਕਹਿੰਦਾ ਸੋਚਣ ਦੀ ਕੀ ਲੋੜ ਹੈ, ਮੈਂ ਤੈਨੂੰ ਜੋ ਦੱਸਣਾ ਸੀ ਦੱਸ ਦਿੱਤਾ, ਫੈਸਲਾ। ਸੋਚ ਦੀ ਲੋੜ ਉੱਥੇ ਪੈਂਦੀ ਹੈ, ਵਿਚਾਰ ਦੀ ਲੋੜ ਉੱਥੇ ਪੈਂਦੀ ਹੈ ਜਿੱਥੇ ਅਜੇ ਫੈਸਲਾ ਬਾਕੀ ਹੋਵੇ, ਕਰਾਂ ਕਿ ਨਾ ਕਰਾਂ। ਅਤੇ ਗੁਰੂ ਕਹਿੰਦੇ ਨੇ ਉਹ ਵੀਰ ਯੋਧੇ ਸੂਰਮੇ ਜਿਹੜੇ ਸਾਰ ਕੀ ਧਾਰ ਪਛਈਆ, ਸਾਰ ਕਹਿੰਦੇ ਨੇ ਲੋਹੇ ਨੂੰ, ਕਿਉਂਕਿ ਹਥਿਆਰ ਲੋਹੇ ਦੇ ਹੁੰਦੇ, ਸਾਰ ਲੋਹੇ ਨੂੰ ਕਹਿੰਦੇ ਨੇ, ਤੇ ਧਾਰ ਕਹਿੰਦੇ ਨੇ ਉਸ ਕਿਨਾਰੇ ਨੂੰ ਜਿਹੜਾ ਲੋਹੇ ਦੇ ਹਥਿਆਰ ਦਾ ਕਿਨਾਰਾ ਹੁੰਦਾ ਜਿਹਨੂੰ ਤਿੱਖਾ ਕਰਦੇ ਨੇ। ਤੁਸੀਂ ਸ਼ੀਸ਼ਾ ਲੈਂਦੇ ਹੋ, ਠੰਡਾ ਲੈਂਦੇ ਹੋ, ਘਰ ਦੇ ਹੋਰ ਔਜ਼ਾਰ ਵਰਤੋਂ ਦੇ ਆਉਣ ਵਾਲੇ ਹੁੰਦੇ, ਉਹਨਾਂ ਦੀ ਧਾਰ ਇੱਕ ਹੁੰਦੀ ਹੈ, ਇੱਕ ਕਿਨਾਰਾ ਹੁੰਦਾ ਜਿਹਨੂੰ
ਤਿੱਖਾ ਕੀਤਾ ਜਾਂਦਾ, ਉਹਨੂੰ ਧਾਰ ਕੇ ਲਿਆ ਤੇ ਉਹੀ ਚੀਜ਼ ਕੱਟਦਾ। ਕੱਟਦਾ ਤਾਂ ਓਨਾ ਹੀ ਹਿੱਸਾ ਹੈ ਨਾ ਕਿਸੇ ਚੀਜ਼ ਨੂੰ ਵੀ, ਜਿਹਨੂੰ ਅਸੀਂ ਧਾਰ ਆਖਦੇ ਹਾਂ। ਜਿੰਨੀ ਤਿੱਖੀ ਧਾਰ ਹੋਵੇਗੀ ਓਨੀ ਛੇਤੀ ਕਟਾਈ ਹੋਵੇਗੀ। ਤੇ ਪੱਛਣ ਦਾ ਅਰਥ ਹੈ ਖਾਣਾ, ਪੱਛ ਕਰਨਾ ਖਾਣਾ। ਗੁਰੂ ਕਹਿੰਦੇ ਨੇ ਉਹ ਵੀਰ ਯੋਧੇ ਜਿਨ੍ਹਾਂ ਨੇ ਕਦੇ ਇਹ ਸੋਚਿਆ ਹੀ ਨਹੀਂ, ਮਨ ਦਾ ਫੈਸਲਾ ਹੋ ਚੁੱਕਾ ਕਿ ਸਾਡੀ ਸਾਰੀ ਜ਼ਿੰਦਗੀ ਇਸੇ ਲੇਖੇ ਹੈ ਕਿ ਅਸੀਂ ਉਸ ਸਾਰ ਦੀ, ਲੋਹੇ ਦੀ ਭਾਵ ਸ਼ਸਤਰਾਂ ਦੀ ਜਿਹੜੀ ਧਾਰ ਹੈ ਨਾ ਉਹਨੂੰ ਪੱਛਣਾ ਹੈ, ਉਹ ਖਾਣਾ ਹੈ। ਉਹ ਡਰਦੇ ਹੀ ਨਹੀਂ ਮੌਤ, ਉਹਨਾਂ ਨੂੰ ਹਥਿਆਰ ਦੇ ਵਾਰ ਤੋਂ ਡਰ ਹੀ ਨਹੀਂ ਆਉਂਦਾ। ਚੱਲਦੀਆਂ ਹੋਈਆਂ ਤਲਵਾਰਾਂ, ਨੇਜ਼ੇ, ਛਵੀਆਂ, ਬਰਸ਼ੀਆਂ ਦੇ ਦਰਮਿਆਨ ਵਿੱਚ ਉਹ ਇਉਂ ਜੀਵਨ ਲੈ ਕੇ ਚਲੇ ਜਾਂਦੇ ਨੇ ਜਿਵੇਂ ਫੈਸਲਾ ਹੋ ਚੁੱਕਾ, ਸਾਨੂੰ ਡਰ ਹੀ ਨਹੀਂ ਲੱਗਦਾ। ਗੁਰੂ ਕਹਿੰਦੇ ਨੇ ਐਸੇ ਲੋਕ ਨੇ, ਐਸੇ ਵੀਰ ਯੋਧੇ ਨੇ। ਵੀਰ ਅਪਾਰ ਬੜੇ ਬਰੀਆ ਅਬ ਚਾਰੇ, ਫੈਸਲਾ ਕੀਤਾ ਹੋਇਆ ਬਿਨਾਂ ਵਿਚਾਰੇ, ਉਹਨਾਂ ਕਦੀ ਸੋਚਿਆ ਹੀ ਨਹੀਂ ਕਿ ਆਹ ਵਾਰ ਸਹੀ ਹੈ ਕਿ ਨਾ। ਪਤਾ ਨਹੀਂ ਕਿੰਨੇ ਕੁ ਵਾਰ ਅਸੀਂ ਸਹਿ ਸਕਾਂਗੇ, ਕਿਹੜੇ ਵਾਰ ਨਾਲ ਕਿਤੇ ਖਤਮ ਨਾ ਹੋ ਜਾਈਏ, ਕਦੀ ਨਹੀਂ ਸੋਚਿਆ। ਇੱਕ ਵਾਰ ਕੀਤੀ ਸੀ ਗੁਰੂ ਦਸਮ ਪਾਤਸ਼ਾਹ ਜੀ ਦੀਆਂ ਰਚਨਾਵਾਂ ਵਿੱਚ ਹੀ, ਇੱਕ ਥਾਵੇਂ ਇੱਕ ਲਫ਼ਜ਼ ਆਉਂਦੇ ਨੇ, ਫੈਸਲਾ ਤਾਂ ਪੰਥ ਨੇ ਕਰਨਾ ਕਿਹੜੀਆਂ ਕਿਹੜੀਆਂ ਰਚਨਾਵਾਂ ਦਸਮ ਗ੍ਰੰਥ ਵਿੱਚ ਗੁਰੂ ਕੀਆਂ ਨੇ। ਇਹ ਫੈਸਲਾ ਇੱਕ ਵੱਖਰਾ ਮਸਲਾ ਹੈ, ਪੰਥਕ ਮਸਲਾ, ਮੈਂ ਉਸ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੁੰਦਾ। ਪਰ ਇੱਕ ਥਾਵੇਂ ਆਉਂਦਾ ਗੁਰੂ ਕਹਿੰਦੇ ਨੇ ਐਸਾ ਮਾਹੌਲ ਬਣ ਜਾਂਦਾ ਕਈ ਵਾਰ ਵੀਰ ਯੋਧੇ ਦਾ ਕਿ ਉਹ ਮੌਤ ਦੀ ਇਸ ਦ੍ਰਿਸ਼ ਕਹਾਣੀ ਨੂੰ, ਇਸ ਸੀਨ ਨੂੰ ਇੱਕ ਖੇਡ ਸਮਝਦਾ ਹੈ ਅਤੇ ਉਹਨੂੰ ਵੀ ਰੌਚਕਤਾ ਵਿੱਚ ਲੈਂਦਾ, ਰੌਚਕਤਾ ਵਿੱਚ ਲੈਂਦਾ। ਉਹਦੇ ਵਿੱਚ ਵੀ ਉਹਨੂੰ ਕੋਈ ਖੁਸ਼ੀ ਮਿਲਦੀ ਅਤੇ ਉੱਥੇ ਦੋ ਲਫ਼ਜ਼ ਵਰਤੇ ਨੇ ਜਿਹੜੇ ਬੜੇ ਰੌਚਕ ਨੇ। ਮੈਦਾਨੇ ਜੰਗ ਦਾ ਦ੍ਰਿਸ਼ ਖਿੱਚਿਆ ਨੇ, ਮੈਦਾਨ ਦੀ ਕੀ ਹਾਲਤ ਹੈ, ਭਾਵੇਂ ਕਿਸੇ ਮਿਥਿਹਾਸ ਦੀ ਕਹਾਣੀ ਦਾ ਹੀ ਦ੍ਰਿਸ਼ ਹੈ, ਪਰ ਉਸ ਦ੍ਰਿਸ਼ ਨੂੰ ਬਿਆਨ ਕਿਵੇਂ ਕੀਤਾ। ਕਹਿੰਦੇ ਨੇ ਇੱਕ ਵੱਡੇ ਤੇਗੀ ਤੜਪੀਆਂ ਨੇ, ਮਦ ਪੀਤੇ ਲੁੱਟਣ ਬਾਵਲੇ। ਆਖੇ ਮੈਦਾਨੇ ਜੰਗ ਵਿੱਚ ਤੇਗਾਂ ਨਾਲ ਵੱਡੇ ਹੋਏ ਵੀਰ ਯੋਧੇ ਸੂਰਮੇ, ਟੁਕੜੇ ਟੁਕੜੇ ਹੋਏ ਹੋਏ, ਕਿਸੇ ਦੀ ਬਾਂਹ ਕੱਟੀ ਹੋਈ, ਕਿਸੇ ਦੀ ਲੱਤ ਨਹੀਂ, ਕਿਸੇ ਦਾ ਸਿਰ ਨਹੀਂ, ਅਜੇ ਤੜਪ ਰਿਹਾ। ਤੇ ਇਹੋ ਦਿਸਦਾ ਮਨ ਨੂੰ ਕਿਵੇਂ, ਜਿਵੇਂ ਕਿਸੇ ਥਾਂ 'ਤੇ ਕੋਈ ਸ਼ਰਾਬੀ ਆਪਣੀ ਸ਼ਰਾਬ ਦੇ ਨਸ਼ੇ ਵਿੱਚ, ਆਪਣੀ ਮਸਤੀ ਵਿੱਚ ਲੇਟਣੀਆਂ ਮਾਰ ਰਿਹਾ ਹੋ। ਇੱਕ ਵੱਡੇ ਤੇਗੀ ਤੜਪੀਆਂ, ਮਦ ਪੀਤੇ ਲੋਟਣ ਬਾਵਲੇ। ਅਗਲੇ ਪਾਸੇ ਕਹਿੰਦੇ ਨੇ ਵੀਰ ਪਰੋਤੇ ਬਰਛੀਆਂ ਜਿਉਂ ਡਾਲ ਚਮੁੱਟੇ ਆਵਲੇ। ਇੱਥੇ ਵੀਰ ਯੋਧਿਆਂ ਦੇ ਸਿਰ ਜਿਹੜੇ ਨੇ ਉਹ ਬਰਛੀਆਂ ਵਿੱਚ ਪਰੋਏ ਹੋਏ ਇਉਂ ਦਿਸਦੇ ਨੇ ਮਾਨੋ ਜਿਵੇਂ ਡਾਲੀ ਨਾਲ, ਟਾਹਣੀ ਨਾਲ ਔਲੇ ਲੱਗੇ ਹੋਣ। ਮੌਤ ਦੇ ਇਸ ਖੌਫਨਾਕ ਸੀਨ ਨੂੰ ਕਿਸ ਤਰ੍ਹਾਂ ਰੋਚਕ ਬਣਾ ਦਿੱਤਾ। ਵੀਰ ਪਰੋਤੇ ਬਰਛੀਆਂ ਜਿਉਂ ਡਾਲ ਚਮੁੱਟੇ ਆਵਲੇ, ਰੋਚਕ ਬਣਾ ਦਿੱਤਾ ਮੌਤ। ਤਬੈਰਸ ਕਰ ਰਿਹਾ ਸਾਂ ਵੀਰ ਯੋਧੇ ਸੂਰਮਿਆਂ ਦੀ ਦੁਨੀਆਂ ਵਿੱਚ ਮੌਤ ਅਤੇ ਮੌਤ ਦੇ ਇਹਨਾਂ ਸਾਰੇ ਸੰਸਕਾਰਾਂ ਨੂੰ ਕੋਈ ਖੌਫ ਦੇ ਰੂਪ ਵਿੱਚ ਨਹੀਂ ਲਿਆ ਜਾਂਦਾ। ਇਸ ਲਈ ਉਹ ਵਿਚਾਰਦੇ ਹੀ ਨਹੀਂ ਕਿ ਕਿਹੜੇ ਹਥਿਆਰ ਦਾ ਵਾਰ ਸਾਡੇ ਲਈ ਚੰਗਾ ਹੈ, ਕਿਹਦੇ ਤੋਂ ਬਚਣਾ ਹੈ, ਕਿਹੜਾ ਖਾਣਾ ਹੈ। ਗੁਰੂ ਕਹਿਣ ਲੱਗੇ ਵੀਰ ਅਪਾਰ ਬੜੇ ਬਰੀਆ ਅਬ ਚਾਰ ਸਾਰ ਕੀ ਧਾਰ ਪਛਈਆ, ਅਬ ਚਾਰ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ। ਹੁਣ ਪਿੱਛੇ ਆ ਚੁੱਕਾ ਕਿ ਜੀਤ ਫਿਰੇ ਸਰਦੇਸ਼ ਦਿਸ਼ਾ ਕੋ, ਜਿਹੜਾ ਬਾਦਸ਼ਾਹ ਹੈ, ਬਾਦਸ਼ਾਹ ਤੇ ਦੇਸ਼ਾਂ ਨੂੰ ਜਿੱਤ ਕੇ ਆਪਣੇ ਨਾਲ ਮਿਲਾਉਣਾ ਚਾਹੁੰਦਾ।
ਆਪਣੀ ਸੀਮਾ ਵਧਾਉਣਾ ਚਾਹੁੰਦਾ ਤੇ ਵੀਰ ਯੋਧਾ ਉਹਨਾਂ ਸੀਮਾ ਨੂੰ ਤੋੜਨਾ ਚਾਹੁੰਦਾ। ਤੋਰਤ ਦੇਸ਼ ਮਲਿੰਦ ਮਵਾਸਨ ਬਾਗੀਆਂ ਨੂੰ ਆਕੀਆਂ ਨੂੰ ਬਗਾਵਤ ਕਰਨ ਵਾਲਿਆਂ ਨੂੰ ਮਲ ਕੇ ਰੱਖ ਦੇਣਾ, ਮਾਤੇ ਗਜਾਣ ਕੇ। ਫਿਰ ਉਸੇ ਲਫ਼ਜ਼ ਨੂੰ ਦੂਜੇ ਲਫ਼ਜ਼ਾਂ ਵਿੱਚ ਦੁਹਰਾਇਆ ਗਿਆ, ਮਸਤ ਹਾਥੀਆਂ ਦੇ ਮਾਤੇ ਗਜਾਣ ਕੇ, ਜਿਨ੍ਹਾਂ ਦੇ ਦਰਵਾਜ਼ੇ 'ਤੇ ਮਾਤੇ ਮਤੰਗ ਖੜ੍ਹੇ ਨੇ, ਉਹਨਾਂ ਨੂੰ ਇਹ ਪਤਾ ਹੋਵੇ ਵੀਰ ਯੋਧਾ ਸੂਰਮਾ ਜਿਹਦੇ ਕੋਲ ਬੇਸ਼ੱਕ ਬਾਦਸ਼ਾਹੀ ਸ਼ਕਤੀ ਨਹੀਂ ਲੇਕਿਨ ਬਾਦਸ਼ਾਹੀ ਦੀਵਾਨ ਦੀ ਸ਼ਕਤੀ ਹੈ। ਬਾਦਸ਼ਾਹ ਕੋਈ ਬੁਜ਼ਦਲ ਅਤੇ ਕਮਜ਼ੋਰ ਹੋ ਸਕਦਾ, ਉਹਦੇ ਦਰਵਾਜ਼ੇ 'ਤੇ ਵੀ ਮਸਤ ਹਾਥੀ ਹੋ ਸਕਦੇ ਨੇ, ਪਰ ਵੀਰ ਯੋਧਾ ਸੂਰਮਾ ਜਿਹੜਾ ਹੈ ਉਹਦੇ ਕੋਲ ਇੰਨੀ ਸ਼ਕਤੀ ਹੈ, ਉਸ ਮਸਤ ਹਾਥੀ ਦਾ ਮਾਣ ਮਿਲਦਾ ਹੈ। ਮਾਤੇ ਗਜਾਨ ਕੇ ਮਾਨ ਮਲਈਆ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ। ਫਰਕ ਹੀ ਹੈ, ਬਾਦਸ਼ਾਹ ਕਿਲੇ ਬਣਾ ਰਿਹਾ, ਪਿਛਲੀ ਗੱਲਾਂ ਨੂੰ ਨਾਲ ਜੋੜ ਰਿਹਾ, ਬਾਦਸ਼ਾਹ ਕਿਲੇ ਬਣਾ ਰਿਹਾ ਕਿਉਂਕਿ ਉਹ ਆਪਣੇ ਜੀਵਨ ਨੂੰ ਸੁਰੱਖਿਅਤ ਕਰਨਾ ਚਾਹੁੰਦਾ। ਆ ਫਰਕ ਹੁੰਦਾ ਜੇ ਵੱਖ ਵੱਖ ਚੀਜ਼ਾਂ ਨੂੰ ਵਿਚਾਰਿਆ। ਹੁਣ ਬਾਦਸ਼ਾਹ ਦੀ ਸੋਚ ਜਿਹੜੀ ਹੈ ਉਹ ਹੋਰ ਹੈ, ਸੂਰਮੇ ਦੀ ਸੋਚ ਹੋਰ ਹੈ। ਸੂਰਮਾ ਜਿਹੜਾ ਹੈ ਉਹ ਅਫੈਂਸਿਵ ਹੈ, ਉਹਦੇ ਕੋਲ ਤਾਕਤ ਹੈ, ਲੇਕਿਨ ਬਾਦਸ਼ਾਹ ਜਿਹੜਾ ਉਹ ਹਮੇਸ਼ਾ ਡਿਫੈਂਸਿਵ ਰਹਿੰਦਾ ਹੈ। ਉਹ ਦੂਜੇ ਨੂੰ ਤਾਂ ਲੜਾਉਂਦਾ ਹੈ, ਆਪ ਕਿਲਿਆਂ ਵਿੱਚ ਸੁਰੱਖਿਅਤ ਰਹਿਣਾ ਚਾਹੁੰਦੇ ਨੇ। ਤੁਸੀਂ ਦੇਖੋਗੇ ਜਿੰਨੇ ਸੰਸਾਰ ਦੇ ਕਿਲੇ ਬਣੇ ਨੇ, ਵੱਡੇ ਵੱਡੇ ਕਿਲੇ ਬਣੇ ਨੇ, ਉਹ ਕਿਸੇ ਨਾ ਕਿਸੇ ਬਾਦਸ਼ਾਹ ਨੇ ਬਣਾਏ। ਅਤੇ ਕਿਲੇ ਦਾ ਮਤਲਬ ਕੀ? ਐਸੀਆਂ ਵੱਡੀਆਂ ਵੱਡੀਆਂ ਦੀਵਾਰਾਂ ਰੱਖ ਕੇ, ਐਸੇ ਮਜ਼ਬੂਤ ਸਾਧਨ ਰੱਖ ਕੇ, ਐਸੀਆਂ ਉਚੇਰੀਆਂ ਥਾਵਾਂ 'ਤੇ ਜਿਨ੍ਹਾਂ ਦੇ ਦੁਆਲੇ ਖਾਈਆਂ ਬਣਾ ਦਿੱਤੀਆਂ। ਅਜੇ ਤੱਕ ਵੀ ਤੁਸੀਂ ਪੁਰਾਤਨ ਕਿਲੇ ਦੇਖੋ, ਉਹਨਾਂ ਦੇ ਦੁਆਲੇ ਪਹਿਲਾਂ ਪਾਣੀ ਦੀ ਖਾਈ ਹੈ, ਬੜੀਆਂ ਬੜੀਆਂ ਚੌੜੀਆਂ ਮਜ਼ਬੂਤ ਦੀਵਾਰਾਂ ਨੇ, ਅਤੇ ਉਹ ਦੀਵਾਰਾਂ ਵੀ ਬੜੀਆਂ ਮਜ਼ਬੂਤ ਅਤੇ ਉੱਚੀਆਂ ਨੇ, ਉਹਨਾਂ ਤੱਕ ਪਹੁੰਚ ਨਹੀਂ ਹੋ ਸਕਦੀ। ਉਹਨਾਂ ਦੇ ਅੰਦਰ ਫਿਰ ਸਿਪਾਹ ਸਲਾਰ ਯੋਧੇ ਵੀਰ ਯੋਧੇ ਖਲੋਤੇ ਨੇ, ਅਤੇ ਉਸ ਤੋਂ ਅੰਦਰ ਫਿਰ ਉਹਨਾਂ ਦੇ ਆਪਣੇ ਹਰਮ ਨੇ, ਉਹਨਾਂ ਦੇ ਆਪਣੇ ਮਹਿਲ ਨੇ। ਕਿਸੇ ਵੀ ਕਿਲੇ ਨੂੰ ਜਾ ਕੇ ਦੇਖ ਲਿਓ, ਉਹਦੇ ਅੰਦਰ ਫਿਰ ਉਹਨਾਂ ਦੇ ਆਪਣੇ ਮਹਿਲ ਨੇ। ਹੈਂ, ਉਹ ਇੰਨਾ ਅੰਦਰ ਜਾ ਕੇ ਛੁੱਪ ਕੇ ਕਿਉਂ ਰਹਿਣਾ ਚਾਹੁੰਦੇ ਨੇ? ਕਿਉਂਕਿ ਉਹਨਾਂ ਨੂੰ ਮੌਤ ਕੋਲੋਂ ਡਰ ਲੱਗਦਾ। ਬਾਦਸ਼ਾਹ ਸੂਰਮਾ ਨਹੀਂ ਹੁੰਦਾ, ਆਹ ਦੋ ਸੂਖਸ਼ਮ ਭੇਦ। ਬਾਦਸ਼ਾਹ ਸੂਰਮਾ ਨਹੀਂ ਹੁੰਦਾ, ਉਹ ਛੁੱਪ ਕੇ ਰਹਿਣਾ ਚਾਹੁੰਦਾ, ਉਹਨੂੰ ਮੌਤ ਕੋਲੋਂ ਡਰ ਲੱਗਦਾ। ਹਾਂ, ਇਹ ਗੱਲ ਵੱਖਰੀ ਹੈ ਕਿ ਉਹਨੇ ਆਪਣੇ ਬਚਣ ਲਈ ਸੂਰਮੇ ਰੱਖੇ ਹੁੰਦੇ ਨੇ, ਉਹਨੂੰ ਮੌਤ ਕੋਲੋਂ ਡਰ ਲੱਗਦਾ। ਇਸੇ ਲਈ ਕਿਲੇ ਜਿਹਨੇ ਬਣਾਉਂਦਾ ਨਾ, ਉਹ ਬਾਦਸ਼ਾਹ ਬਣਾਉਂਦਾ, ਅਤੇ ਉਹਨਾਂ ਵਿੱਚੋਂ ਛੁੱਪ ਕੇ ਰਹਿਣਾ ਚਾਹੁੰਦਾ। ਹੁਣ ਵੀਰ ਯੋਧਾ ਇਸਦੇ ਉਲਟ ਹੈ, ਉਹ ਮੈਦਾਨ ਵਿੱਚ ਖੜ੍ਹਾ, ਉਹਨੂੰ ਮੌਤ ਕੋਲੋਂ ਡਰ ਨਹੀਂ ਲੱਗਦਾ। ਉਹ ਵਿਚਾਰੇ ਸਾਰ ਕੀ ਧਰ ਪਿੱਛੇ ਹੀ ਹੈ, ਉਹ ਤਾਂ ਆਉਣ ਵਾਲੇ ਸਾਹਮਣੇ ਆਉਣ ਵਾਲੇ ਵਾਰ ਹਥਿਆਰ ਸ਼ਸਤਰਾਂ ਦੀ ਮਾਰ ਸਹਿਣ ਲਈ ਪਹਿਲੇ ਉਹਨੇ ਮਨ ਬਣਾ ਲਿਆ, ਫੈਸਲਾ ਕਰ ਲਿਆ। ਹੁਣ ਦੋਵਾਂ ਵਿੱਚ ਫਰਕ ਹੋ ਗਿਆ ਨਾ, ਉਹ ਛੁੱਪ ਕੇ ਬੈਠਾ, ਉਹ ਮੈਦਾਨ ਵਿੱਚ ਬੈਠਾ। ਕਹਿਣ ਲੱਗੇ ਹੁਣ ਫਰਕ ਕੀ? ਉਹ ਕਿਲੇ ਬਣਾਉਣ ਵਾਲਾ ਹੈ, ਉਹ ਕਿਲੇ ਤੋੜਨ ਵਾਲਾ ਹੈ, ਆਹ ਫਰਕ ਆ ਗਿਆ। ਬਾਦਸ਼ਾਹ ਨੇ ਕਿਲੇ ਬਣਾਏ ਨੇ, ਉਹਨਾਂ ਵਿੱਚ ਛੁੱਪ ਕੇ ਬੈਠਣ ਲਈ, ਅਤੇ ਸੂਰਮਿਆਂ ਨੇ ਯੋਧਿਆਂ ਨੇ ਕਿਲੇ ਤੋੜੇ ਨੇ। ਜਦੋਂ ਵੀ ਕਿਸੇ ਕਿਲੇ ਨੂੰ ਕੋਈ ਖਤਰਾ ਪੈਦਾ ਹੁੰਦਾ, ਜਦੋਂ ਵੀ ਕੋਈ ਕਿਲਾ ਟੁੱਟਦਾ, ਅਤੇ ਤੋੜਨ ਵਾਲਾ ਕੋਈ ਬਾਦਸ਼ਾਹ ਥੋੜ੍ਹਾ ਹੁੰਦਾ, ਭਾਵੇਂ ਬਾਦਸ਼ਾਹ ਦੇ ਰੱਖੇ ਹੋਏ ਹੋਣ, ਪਰ ਹੁੰਦੇ ਤਾਂ ਸੂਰਮੇ ਨੇ ਨਾ। ਗੁਰੂ ਨੇ ਇਸੇ ਲਈ ਖਿਆਲ ਦੇ ਦਿੱਤਾ, ਕਹਿਣ ਲੱਗੇ ਉਹ ਕਿਲੇ ਬਣਾਉਂਦੇ ਰਹਿ ਗਏ, ਹੁਣ ਆ ਗਈ ਵਾਰੀ ਸੂਰਮਿਆਂ ਦੀ। ਅਤੇ ਉਹਨਾਂ ਵਿੱਚ ਇਹ ਸ਼ਕਤੀ, ਉਹ ਆਪਣੇ ਆਪ ਵਿੱਚ ਇਹ ਸਮਝਦੇ ਸਨ, ਗਾੜੇ ਗੜਾਨ ਕੇ ਤੋੜਨ ਹਾਰ, ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ। ਉਹ ਵੀਰ ਯੋਧੇ ਸੂਰਮੇ
ਜਿਹੜੇ ਵੱਡੇ ਵੱਡੇ ਮਜ਼ਬੂਤ ਕਿਲਿਆਂ ਨੂੰ ਤੋੜ ਦਿੰਦੇ ਸਨ, ਜਿਨ੍ਹਾਂ ਦੇ ਸਾਹਮਣੇ ਮਜ਼ਬੂਤ ਕਿਲਿਆਂ ਵਿੱਚ ਸੁਰੱਖਿਅਤ ਅਤੇ ਛੁੱਪ ਕੇ ਬੈਠੇ ਹੋਏ ਬਾਦਸ਼ਾਹ ਵੀ ਸੁਰੱਖਿਅਤ ਨਹੀਂ ਸਨ। ਉਹਨਾਂ ਕਿਲਿਆਂ ਨੂੰ ਤੋੜ ਕੇ ਤਾਲਾ ਬੋਲਦੇ ਸਨ, ਅੰਦਰ ਪਹੁੰਚ ਪੈਦਾ ਕਰ ਲੈਂਦੇ ਸਨ। ਨਿਰੇ ਇੱਥੇ ਬਸ ਨਹੀਂ, ਉਹਨਾਂ ਦੀ ਵੰਗਾਰ ਵਿੱਚ ਇੱਕ ਸ਼ਕਤੀ ਸੀ। ਕਈ ਵਾਰ ਇਹੋ ਜਿਹੇ ਦੰਗਜ਼ੇ, ਇਹੋ ਜਿਹੀਆਂ ਧਮਕੀਆਂ, ਕਿਉਂਕਿ ਇਹ ਵੀ ਸੂਰਮੇ ਦਾ ਲੜਾਕੇ ਦਾ ਇੱਕ ਹਥਿਆਰ ਹੈ, ਅੱਜ ਵੀ ਇਹ ਬਦਲਵੇਂ ਰੂਪ ਵਿੱਚ ਹੈ। ਆ ਤੁਸੀਂ ਦੇਖਦੇ ਹੋ ਕਿਸੇ ਥਾਂ 'ਤੇ ਕੋਈ ਆਕੀ ਹੋ ਕੇ ਚਾਰ ਸੱਜਣ ਬੈਠ ਜਾਣ, ਅੱਜ ਵੀ ਕਈ ਵਾਰ ਐਸਾ ਸਮਾਂ ਹੁੰਦਾ ਹੈ, ਕਿਸੇ ਨੂੰ ਕਿਡਨੈਪ ਕਰ ਲਿਆ, ਕਿਸੇ ਖਾਸ ਇਮਾਰਤ ਵਿੱਚ ਛੁੱਪ ਕੇ ਬੈਠ ਗਏ ਨੇ, ਬਾਹਰ ਨਹੀਂ ਨਿਕਲ ਰਹੇ, ਪੁਲਿਸ ਮਿਲਟਰੀ ਫਿਰ ਕਈ ਵਾਰ CRP ਉਹਦੇ ਦੁਆਲੇ ਘੇਰਾ ਪਾਉਂਦੀ। ਆ ਤੁਸੀਂ ਦੇਖਦੇ ਹੋ ਕਿ ਘੇਰਾ ਪਾਉਂਦੀ ਅਤੇ ਘੇਰਾ ਪਾ ਕੇ ਫਿਰ ਬਾਹਰ ਲਾਊਡ ਸਪੀਕਰ ਲਾ ਲੈਂਦੇ ਨੇ, ਅਤੇ ਲਾਊਡ ਸਪੀਕਰ ਨਾਲ ਉਹਨੂੰ ਧਮਕੀ ਦਿੰਦੇ ਨੇ ਅੰਦਰ, ਉਹਨੂੰ ਕਹਿੰਦੇ ਨੇ ਬਾਤਾਂ। ਇਹ ਵੀ ਹਥਿਆਰ ਹੈ, ਬਦਲਵੇਂ ਰੂਪ ਵਿੱਚ ਗੁਰੂ ਨੇ ਉਸ ਗੱਲ ਨੂੰ ਵਰਤਿਆ, ਸਪਸ਼ਟ ਕੀਤਾ, ਉਹ ਵੀ ਹਥਿਆਰ ਹੈ। ਧਾਵਾ ਬੋਲਣ ਤੋਂ ਪਹਿਲਾਂ ਅੰਦਰ ਬੈਠੇ ਹੋਏ ਲੋਕਾਂ ਨੂੰ ਲਾਊਡ ਸਪੀਕਰ ਲਾ ਕੇ ਆਵਾਜ਼ ਦਿੰਦੇ ਨੇ, ਆਹ ਤੁਹਾਨੂੰ 10 ਮਿੰਟ ਦਾ ਟਾਈਮ ਦਿੰਦੇ ਹਾਂ, ਇੰਨੇ ਟਾਈਮ ਵਿੱਚ ਬਾਹਰ ਨਿਕਲ ਆਓ, ਹਥਿਆਰ ਸੁੱਟ ਦਿਓ। ਰੋਜ਼ਾਨਾ ਜ਼ਿੰਦਗੀ 'ਚ ਦੇਖਦੇ ਹੋ, ਅੱਜ ਵੀ ਹੈ, ਹਥਿਆਰ ਸੁੱਟ ਦਿਓ, ਬਾਹਰ ਨਿਕਲ ਆਓ, ਨਹੀਂ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ। ਕਹਿੰਦੇ ਨੇ ਇਹਦਾ ਨਾਂ ਹੀ ਬਾਤਨ ਦਾ ਹਥਿਆਰ ਹੈ। ਅਤੇ ਜਿਹੜੇ ਅਗਲੇ ਕਮਜ਼ੋਰ ਲੋਕ ਹੋਣ ਤਾਂ 2-4 ਵਾਰੀ ਧਮਕੀਆਂ ਮਿਲਣ ਤੋਂ ਬਾਅਦ ਉਹ ਤੁਸੀਂ ਦੇਖਦੇ ਹੋ ਫਿਰ ਹਥਿਆਰ ਸੁੱਟ ਕੇ ਹੱਥ ਖੜ੍ਹੇ ਕਰਕੇ ਬਾਹਰ ਨਿਕਲ ਆਉਂਦੇ। ਲਓ ਇਹ ਅੱਜ ਹਥਿਆਰ ਅੱਜ ਵੀ ਵਰਤਿਆ ਗਿਆ, ਇਹਨੂੰ ਕਹਿੰਦੇ ਨੇ ਬਾਤਾਂ ਦਾ ਹਥਿਆਰ। ਅਤੇ ਗੁਰੂ ਨੇ ਪਹਿਲਾਂ ਆਖ ਦਿੱਤਾ, ਕਹਿਣ ਲੱਗੇ ਉਹ ਵੀਰ ਯੋਧੇ ਸੂਰਮੇ ਐਡੇ ਵੱਡੇ ਸ਼ਕਤੀਸ਼ਾਲੀ ਸਨ ਕਿ ਗਾੜੇ ਗੜਹਣ ਕੇ ਤੋੜਨ ਹਾਰ, ਬੜੀ ਵੱਡੀਆਂ ਵੱਡੀਆਂ ਦੀਵਾਰਾਂ ਨੂੰ ਟੱਪ ਕੇ ਉਹਨਾਂ ਵੱਡੇ ਵੱਡੇ ਕਿਲਿਆਂ ਨੂੰ ਤੋੜਨ ਦੀ ਸ਼ਕਤੀ ਰੱਖਦੇ ਸਨ, ਅਤੇ ਉਹਨਾਂ ਦੀਆਂ ਧਮਕੀਆਂ, ਉਹਨਾਂ ਦੇ ਦੰਗਜ਼ੇ, ਉਹਨਾਂ ਦੇ ਚੈਲੰਜ ਵਿੱਚ ਵੀ ਇੰਨੀ ਸ਼ਕਤੀ ਸੀ ਕਿ ਜਦੋਂ ਬੋਲ ਕੇ ਸੰਸਾਰ ਨੂੰ ਚੈਲੰਜ ਕਰਦੇ ਸਨ ਉਹ ਚਾਰੇ ਚੱਕਾਂ ਦੀ ਭਾਵ 4 ਦਿਸ਼ਾਵਾਂ ਦੀ ਸ਼ਕਤੀ ਆਪਣੇ ਹੱਥ ਲੈ ਲੈਂਦੇ ਸਨ, ਉਹਨਾਂ ਦੇ ਸਾਹਮਣੇ ਕੋਈ ਟਿਕਦਾ ਹੀ ਨਹੀਂ ਸੀ, ਉਹਨਾਂ ਦੀ ਆਵਾਜ਼ ਸੁਣ ਕੇ ਹੀ ਲੋਕ ਦੌੜ ਜਾਂਦੇ ਸਨ, ਰਾਜ ਭਾਗ ਖਤਮ ਹੋ ਜਾਂਦੇ ਸਨ। ਗੁਰੂ ਨੇ ਇਸੇ ਲਈ ਲਫ਼ਜ਼ ਵਰਤੇ, ਗਾਣੇ ਗੜਹਣ ਕੇ ਤੋੜਨ ਹਾਰ, ਸੋ ਬਾਤ ਨਹੀਂ ਕੇਵਲ ਗੱਲਾਂ ਨਾਲ, ਧਮਕੀਆਂ ਨਾਲ, ਦੰਗਜ਼ਿਆਂ ਨਾਲ, ਜੈਕਾਰਿਆਂ ਨਾਲ, ਗਾਣੇ ਗੜਹਣ ਕੇ ਤੋੜਨ ਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ, ਸੋ ਬਾਤ ਨਹੀਂ। ਗੁਰੂ ਅਖੀਰ ਤੇ ਇੱਕ ਖਿਆਲ ਦਿੰਦੇ ਨੇ, ਕਹਿੰਦੇ ਨੇ ਭਲੇ ਆ, ਜੇ ਭਲਾ ਤੇਰੇ ਕੋਲ ਇੰਨੀ ਸ਼ਕਤੀ ਆ ਗਈ ਹੈ, ਲਓ ਸਤਿਗੁਰੂ ਜਿਸ ਪਾਸੇ ਰੁੱਖ ਦੇ ਰਹੇ ਨੇ ਸਾਰੀ ਸ਼ਕਤੀ ਨੂੰ, ਭਾਵੇਂ ਉਹ ਭਗਤੀ ਮਾਰਗ ਦੀ ਸ਼ਕਤੀ ਹੈ, ਭਾਵੇਂ ਉਹ ਰਾਜਗਿਰੀ ਦੀ ਸ਼ਕਤੀ ਹੈ, ਅਤੇ ਭਾਵੇਂ ਪੂਜਾ ਦੀ, ਬਾਹਵਾਂ ਦੀ, ਵੀਰ ਰਸ ਦੀ ਸ਼ਕਤੀ, ਗੁਰੂ ਸਾਰੀਆਂ ਸ਼ਕਤੀਆਂ ਨੂੰ ਸ਼ਕਤੀਵਾਨ ਨਾਲ ਜੋੜਨਾ ਚਾਹੁੰਦੇ ਨੇ। ਲਓ ਆਹ ਇੱਕ ਦਿਸ਼ਾ ਹੈ ਸਵਈਆਂ ਦੀ, ਕਿਉਂਕਿ ਗੱਲ ਉੱਥੇ ਖਲੋਤੀ ਹੈ ਵੀ ਜੋ ਕੁਝ ਵੀ ਤੇਰੇ ਕੋਲ ਹੈ ਇੱਕ ਰੱਤੀ ਬਨੇਕ ਰੱਤੀ ਕਹਿੰਦੀ ਸ਼ਬਦ ਹੋਈ, ਜੋ ਕੁਝ ਤੇਰੇ ਕੋਲ ਹੈ ਉਹ ਇੱਕ ਰੱਤੀ ਬਨੇਕ ਰੱਤੀ। ਇਸ ਲਈ ਗੁਰੂ ਕਹਿੰਦੇ ਜੇ ਭਲਾ ਤੇਰੇ ਕੋਲ ਇੰਨੀ ਸ਼ਕਤੀ ਆ ਗਈ ਕਿ ਤੇਰੀਆਂ ਗੱਲਾਂ ਤੋਂ ਵੀ, ਤੇਰੀਆਂ ਧਮਕਾਂ ਤੋਂ ਵੀ ਲੋਕ ਡਰਦੇ ਨੇ, ਤੇਰੀ ਗਰਜ ਤੋਂ ਵੀ ਲੋਕ ਡਰ ਜਾਂਦੇ ਨੇ, ਜੇ ਤੂੰ ਵੱਡੇ ਵੱਡੇ ਕਿਲੇ ਫਤਿਹ ਕਰ ਸਕਦਾ, ਜੇ ਤੂੰ ਮਾਤੇ ਗਜਾਣ ਕੇ ਮਾਣ ਨੂੰ ਮਲ ਸਕਦਾ, ਜੇ ਤੇਰੇ ਕੋਲ ਇੰਨੀ ਮਹਾਨ ਸ਼ਕਤੀ ਹੈ ਕਿ ਤੂੰ ਸਮਝਦਾ ਕਿ ਮੈਂ ਕੋਈ ਪਹਾੜ ਤਾਂ ਪਿੱਛੇ ਹਟ ਸਕਦਾ ਪਰ ਮੈਂ ਆਪਣੇ ਇਰਾਦੇ ਤੋਂ, ਫੈਸਲੇ ਤੋਂ ਪਿੱਛੇ ਨਹੀਂ ਹਟ ਸਕਦਾ, ਭਲਿਆ ਜੇ ਇੰਨੀ ਸ਼ਕਤੀ ਤੇਰੇ ਕੋਲ ਆ ਗਈ ਹੈ ਤਾਂ ਭਾਰੀ ਗੁਮਾਨ ਭਰੇ ਮਨ ਵਿੱਚ ਛੱਡ ਦੇ, ਇੱਕ ਅਹੰਕਾਰ ਛੱਡ ਦੇ। ਸ਼ਕਤੀ ਆਣੀ ਗੁਣਾ ਨੇ, ਪਰ ਸ਼ਕਤੀ ਦਾ ਅਹੰਕਾਰ ਆਣਾ ਗੁਣਾ, ਕਿਉਂਕਿ ਹੰਕਾਰ ਨੇ ਰੱਬ ਦੇ ਨੇੜੇ ਤੈਨੂੰ ਨਹੀਂ ਜਾਣ ਦੇਣਾ। ਹਉ ਹਉ ਭੀਤ ਭਇਓ ਹੈ ਵਿੱਚੋ, ਤੇਰੇ ਤੇ ਰੱਬ ਦੇ ਦਰਮਿਆਨ ਹਉ ਦੀ ਭੀਤ ਆ ਜਿਹੜੀ ਨੇੜੇ ਨਹੀਂ ਆਣ ਦਿੰਦੀ, ਜਿਹੜੀ ਇੱਕ ਰਲ ਰੱਤੇ ਨਹੀਂ ਜਾਣ ਦਿੰਦੀ। ਇਸ ਲਈ ਜੇ ਤੇਰੇ ਕੋਲ ਰਾਜ ਦੀ ਸ਼ਕਤੀ ਆਈ ਹੈ,
जे तेरे कोल कोई मार्ग पंथ दा आया है तद भी अपनी होमे छड़ दे के ए मार्ग मेरा है, ए मत मेरी है, ए मर्यादा मेरी है। जे तेरे कोल राज दी शक्ति आई है फिर भी ये हंकार छड़ दे के राज भाग दा अडंबर मेरा है। जे तेरे कोल बाजू बल दी शक्ति आई है वीर अपार बड़े बरियार होए है ते फिर भी ये हंकार छड़ दे के ये सारा कुछ मेरा है, ये शक्ति सारी मेरी है। ते एक गल ते आके रुक जा ते फिर वेख गुरु कहंदे ने वो गल कहड़ी, साहेब सिरे सब को सिर नाए। लो ऐस गल ते पहुंच गया कि ओ माया दा सारे संसार दा प्रकृति दा मालिक जिहड़ा है वो सारियां दा नायक है, मालिक है। सारी दुनिया उन्दे सामने जाचक है, मंगता है। जे किसी नूं सुंदरता मिल रही है उन्दे कोलों, जे राज भाग मिल रहा है उन्दे कोलों, जे वीर रस शक्ति वरियानता बलवानता मिल रही है तो उन्दे कोलों। जिस दिन ये सारा कुछ उन्दे नाल जुड़ जाएगा तो एक विश्वास आ जाएगा ना, उस दिन ये सारा कुछ प्रवान हो जाएगा। गुरु कहन लगा, साहेब सिरी सब को सिर नायक, साहेब सिरी सब को सिर नायक, जाचक अनेक सो एक दिवैया। लो फैसला थे, जाचक अनेक सो एक सिर नायक, साहेब सिरी सबको सिर नायक, जाचक अनेक सो एक दिवैया, जाचक अनेक सो एक दिवैया, जाचक कोई भी शक्ति होना गुना नहीं। तेरे कोल हर एक शक्ति होवे पर होमे ना होवे। ए आखे कि जो कुछ मेरे कोल है वो मेरे मालिक ने दिता है ते मर्जी उन्दी चलनी है, बस इवों तू उन्दे रंग विच रत्या रहे ते जे उन्दा रंग भुल जाए ते आखे ए बाजूबल शक्ति मेरी है, ये राज भाग दी दौलत दी शक्ति मेरी है, ए जड़ा पंथ मार्ग है भगती मार्ग है इन दे विच मेरी मत ने काम करना नहीं। गुरु कहंदे ने वो सारा कुछ व्यर्थ हो जाएगा, किसे लेखे नहीं रहेगा। एक रति बिन एक ना लेखे, किसे लेखे नहीं रहना। तो इसलिए चंगी गल है जो कुछ भी तेरे को आया है गुरु नाल रब नाल जोड़ के रख ताकि सफल हो जाए। इन्हां शब्दां नाल खिमा दा जा चिखा, फतेह बुलाओ, वाहिगुरु जी का खालसा, वाहिगुरु जी।